ਮੈਂ ਕਦੇ ਕਿਸੇ ਦੋਸਤ ਨੂੰ ਕਹਿਣਾ ਕਦੇ ਕਿਸੇ ਮਿੱਤਰ ਨੂੰ ਕਹਿਣਾ ਵੀ ਅੱਜ ਮੇਰੀ ਹੈਲਪ ਕਰ ਦੇ ਅੱਜ ਮੇਰੀ ਕਿਉਂਕਿ ਮੈਂ ਯਾਰ ਜਿਹੜੇ ਉਹ ਸ਼ੌਂਕਿਆ ਉਹ ਜਿਹੜੀ ਲਾਈਨ ਲਗਾਈ ਸੀ ਉਹ ਮੈਨੂੰ ਇੰਨਾ ਮਜ਼ਾ ਦੇਣ ਲੱਗ ਗਈ ਸੀ ਵੀ ਜਿਹੜੀ ਮੇਰੀ ਸ਼ੌਂਕਿਆ ਤੋਂ ਬਾਅਦ ਮੇਰੀ ਆਦਤ ਬਣ ਗਈ ਆਦਤ ਤੋਂ ਬਾਅਦ ਮੈਂ ਜਦੋਂ ਉਹ ਜਾਲ ਦੇ ਵਿੱਚ ਪ੍ਰੋਪਰਲੀ ਫਸ ਗਿਆ ਉਹ ਜਿਹੜਾ ਇੱਕ ਬੜੇ ਤਰੀਕੇ ਨਾਲ ਲਗਾਇਆ ਜਾਂਦਾ ਸੀਗਾ ਉਹ ਇੱਕ ਪੈਗ ਜਿਹੜਾ ਬੜੇ ਹੀ ਲੜਾਈ ਹੋਈ ਮੇਰੇ ਮਿੱਤਰ ਦੀ ਤੇ ਉਹ ਮਿੱਤਰ ਦੀ ਲੜਾਈ ਦੇ ਵਿੱਚ ਕੀ ਹੋਇਆ ਜਦੋਂ ਉਹ ਡਾਂਗਾ ਮਾਰ ਕੇ ਗਏ ਮੇਰੇ ਵੀ ਬੱਜੀ ਤੇ ਮੈਂ ਉਹ ਮੁੰਡੇ ਨੂੰ ਫੜ ਲਿਆ ਜਾ ਕੇ ਉਹ ਉੱਥੇ ਬੇਹੋਸ਼ ਹੋ ਕੇ ਗਿਰ ਗਿਆ ਮੈਂ ਉਹਨੂੰ ਫੜ ਲਿਆ ਮੇਰੇ ਹੱਥ 'ਚ ਕਿਰਪਾਨ ਸੀਗੀ ਤੇ ਮੈਂ ਉਹਦੇ ਇਹ ਪਾਗਲ ਹੈ ਇਹ ਕਦੇ ਵੀ ਮਾਰ ਸਕਦਾ ਹੈ ਇਹ ਕਦੇ ਵੀ ਕੁਝ ਵੀ ਕਰ ਸਕਦਾ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਬਿੰਨੀ ਤੇ ਮੈਂ ਆਪਣੇ ਅੱਜ ਜ਼ਿੰਦਗੀ ਦਾ ਉਹ ਜਿਹੜਾ ਮਾੜਾ ਸਮਾਂ ਸੀ ਉਹ ਜਿਹੜਾ ਮਾੜਾ ਦੌਰ ਸੀ ਮੇਰੇ ਨਸ਼ੇ ਦਾ ਤੇ ਉਹ ਨਸ਼ੇ ਦੇ ਟਾਈਮ ਮੈਂ ਕੀ ਕੀ ਆਪਣੀ ਜਿਹੜੀ ਚੀਜ਼ਾਂ ਫੇਸ ਕੀਤੀਆਂ ਲਾਈਫ ਦੇ ਵਿੱਚ ਕੀ ਕੀ ਉਹ ਤੌਮਤਾ ਸੀ ਜਿਹੜੀਆਂ ਸਮਾਜ ਵੱਲੋਂ ਫੇਸ ਕੀਤੀਆਂ ਮੇਰੇ ਪਰਿਵਾਰ ਨੇ ਤੇ ਮੈਂ ਖੁਦ ਉਹ ਜਿਹੜੀ ਪੀੜਾ ਸੀ ਜਿਹੜੀ ਮੈਂ ਆਪਣੇ ਤਨ ਤੇ ਝੱਲੀ ਉਹ ਚੀਜ਼ਾਂ ਮੈਂ ਤੁਹਾਨੂੰ ਅੱਜ ਦੱਸਣਾ ਚਾਹਨਾ ਮੇਰਾ ਵੀਰ ਤੇ ਗੱਲ ਕਰਦੇ ਆਂ ਆਪਾਂ ਪਹਿਲਾਂ ਜਿਵੇਂ ਕਿ ਐਡਿਕਸ਼ਨ ਲਾਈਫ ਦੀ ਐਡਿਕਸ਼ਨ ਲਾਈਫ ਯਾਰ ਮੈਂ ਸ਼ੁਰੂ ਤੋਂ ਤੁਹਾਨੂੰ ਦੱਸਦਾ ਹਾਂ ਵੀ ਅੱਛਾ ਸਟੂਡੈਂਟ ਸੀਗਾ ਅੱਛਾ ਸਪੋਰਟਸਮੈਨ ਸੀਗਾ 골ਡ ਮੈਡਲਿਸਟ ਸੀਗਾ ਤੇ ਉਹ ਪਤਾ ਹੀ ਨਹੀਂ ਲੱਗਿਆ ਉਹ ਕਿਵੇਂ ਮੇਰਾ ਜਿਹੜਾ ਰਸਤਾ ਸੀ ਉਹ ਬੜਾ ਪੋਜ਼ਿਟਿਵ ਵੇ ਸੀਗਾ ਉਹ ਪੋਜ਼ਿਟਿਵ ਵੇ ਤੋਂ ਮੈਨੂੰ ਪਤਾ ਹੀ ਨਹੀਂ ਲੱਗਿਆ ਮੇਰਾ ਰਸਤਾ ਕਦੋਂ ਮੇਰਾ ਨਸ਼ੇ ਵੱਲ ਨੂੰ ਮੁੜਨ ਲੱਗ ਗਿਆ ਯਾਰ ਜਦੋਂ ਮੈਂ ਗੇਮ ਕਰਦਾ ਸੀਗਾ ਪੜਦਾ ਸੀਗਾ ਗੇਮ ਤੋਂ ਬਾਅਦ ਮੈਂ ਉਹ ਲੋਕਾਂ ਦੇ ਵਿੱਚ ਵਿਚਰਦਾ ਸੀਗਾ ਜਿਹੜੇ ਲੋਕ ਨਸ਼ਾ ਕਰਦੇ ਸੀਗੇ ਕੋਈ ਸ਼ਰਾਬ ਪਿੰਦਾ ਸੀ ਕੋਈ ਬੀਅਰ ਪਿੰਦਾ ਸੀ ਕੋਈ স্মੋਕਿੰਗ ਕਰਦਾ ਸੀ ਤੇ ਮੈਂ ਇਹ ਛੋਟੀ ਛੋਟੀ ਚੀਜ਼ਾਂ ਤੋਂ ਇਨਸਪਾਇਰ ਹੋ ਗਿਆ ਸੀ ਵੀ ਉਹ ਇੱਕ ਕਸ਼ ਜਿਹੜਾ ਇੱਕ ਅੱਛੇ ਫਲੋ ਦੇ ਵਿੱਚ ਉਹ ਜਿਹੜਾ ਇੱਕ ਕਸ਼ ਬੜੇ ਤਰੀਕੇ ਨਾਲ ਲਗਾਇਆ ਜਾਂਦਾ ਸੀਗਾ ਉਹ ਇੱਕ ਪੈਗ ਜਿਹੜਾ ਬੜੇ ਹੀ ਮਤਲਬ ਫਿਲਮੀ ਸਟਾਈਲ ਲਾ ਲੰਨੇ ਜਿਹਨੂੰ ਆਪਾਂ ਕਹਿ ਦਿੰਦੇ ਆ ਵੀ ਉਸ ਤਰੀਕੇ ਨਾਲ ਚੱਕਣਾ ਵੀ ਉਹ ਚੀਜ਼ਾਂ ਵੱਲ ਮੈਂ ਥੋੜਾ ਜ਼ਿਆਦਾ ਅਟਰੈਕਟਿਵ ਸੀਗਾ ਨਸ਼ੇ ਦੇ ਨਾਲ-ਨਾਲ ਮੇਰੇ ਪੈਟਰਨ ਸੀਗੇ ਲੜਾਈ ਝਗੜਾ ਗੁੰਡਾਗਰਦੀ ਕਰਨੀ ਇਹ ਬਦਮਾਸ਼ੀ ਕਰਨੀ ਇਹ ਚੀਜ਼ਾਂ ਮੇਰੇ ਅੰਦਰ ਨਸ਼ੇ ਦੇ ਨਾਲ-ਨਾਲ ਬਹੁਤ ਜ਼ਿਆਦਾ ਮੇਰੇ ਘਰ ਕਰ ਗਈਆਂ ਸੀਗੀਆਂ ਤੇ ਮੈਨੂੰ ਐ ਲੱਗਦਾ ਸੀਗਾ ਵੀ ਵੇ ਬਸ ਇਹ ਨਸ਼ਾ ਕਰਕੇ ਹੀ ਮੈਂ ਹੀ ਬਸ ਸਭ ਤੋਂ بڑا ਇਹ ਦੁਨੀਆ ਦੇ ਵਿੱਚ ਗੁੰਡਾ ਲਾ ਲਓ ਬਦਮਾਸ਼ ਲਾ ਲਓ ਮੈਂ ਆਪਣੇ ਆਪ ਨੂੰ ਇਹ ਇਹ ਚੀਜ਼ ਸਮਝਦਾ ਸੀ ਨਸ਼ਾ ਕਰਕੇ ਤੇ ਮੈਨੂੰ ਬੇਸਿਕਲੀ ਜਦੋਂ ਇਹ ਬਿਮਾਰੀ ਦਾ ਪਤਾ ਲੱਗਿਆ ਵੀ ਇਹ ਮੈਂਟਲੀ ਬਿਮਾਰੀ ਹੈ ਇਹ ਫਿਜ਼ੀਕਲੀ ਬਿਮਾਰੀ ਨਹੀਂ ਹੈ ਤੇ ਹੌਲੀ 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 ਲਾਈਫ ਦੇ ਵਿੱਚ ਮੈਂ ਨਸ਼ਾ ਕਰਦਾ ਗਿਆ ਕਰਦਾ ਗਿਆ ਉਹ ਨਸ਼ੇ ਦੇ ਨਾਲ ਨਾਲ ਨਾ ਮੇਰਾ ਜਿਹੜਾ ਮੈਂਟਲ ਸਿਸਟਮ ਸੀਗਾ ਉਹ ਪੂਰਾ ਥੱਲੇ ਆ ਗਿਆ ਇੱਕਦਮ ਉਹ ਥੱਲੇ ਆਣ ਦੇ ਨਾਲ ਉਹ ਜਦੋਂ ਮੈਂ ਫੇਸ ਕੀਤੀਆਂ ਉਹ ਚੀਜ਼ਾਂ ਮੈਂ ਤੁਹਾਨੂੰ ਅੱਜ ਇੱਕ ਆਪਣਾ ਤਜਰਬਾ ਸ਼ੇਅਰ ਕਰਦਾ ਹਾਂ ਵੀ ਮੈਂ ਇੱਕ 골ਡ ਮੈਂਡਲਿਸਟ ਸੀਗਾ ਤੇ ਮੈਂ ਸਿਗਰਟ ਪੀਣ ਵਾਲੇ ਬੰਦੇ ਕੋਲ ਨਹੀਂ ਖੜਦਾ ਸੀਗਾ ਤੇ ਜਦੋਂ ਮੈਂ ਨਸ਼ਾ ਕਰਨ ਲੱਗ ਗਿਆ ਜੇ ਜਦੋਂ ਉਹ ਲੋਕ ਨਸ਼ਾ ਕਰਦੇ ਸੀਗੇ ਮੈਂ ਉਹ ਲੋਕਾਂ 'ਚ ਵੀ ਬੈਠਿਆ ਹਾਂ ਜਿਹੜੇ ਫੁੱਟਪਾਥਾਂ 'ਤੇ ਬੈਠੇ ਹੁੰਦੇ ਨੇ ਰੇਲਵੇ ਸਟੇਸ਼ਨ ਕੋਲ ਬੈਠੇ ਹੁੰਦੇ ਨੇ ਤੇ ਇਹ ਨਸ਼ੇ ਨੇ ਮੈਨੂੰ ਉਹ ਘਰ ਵੀ ਦਿਖਾਤਾ ਜਿਹੜਾ ਮੈਂ ਦੇਖਿਆ ਨਹੀਂ ਸੀ ਜਿਸ ਦਿਨ ਮੈਂ ਆਪਣਾ ਪਹਿਲੇ ਦਿਨ ਜਦੋਂ ਮੈਂ ਨਸ਼ਾ ਕਰਿਆ ਤੇ ਮੈਨੂੰ ਅੱਜ ਵੀ ਯਾਦ ਹੈ ਉਹ ਜਿਹੜਾ ਸਵਾਦ ਸੀ ਉਹ ਜਿਹੜੀ ਜੰਨਤ ਸੀ ਉਹ ਮੈਂ ਇਹੀ ਚੀਜ਼ ਮੇਰੇ ਮਨ 'ਚ ਆਈ ਵੀ ਤੂੰ ਇੰਨਾ ਟਾਈਮ ਆਹ ਸਪੋਰਟਸ ਲਾਈਫ ਵੱਲ ਆ ਪਲਵਾਨੀ ਵੱਲ ਆ ਬਾਸਕਟਬਾਲ ਵੱਲ ਐਥਰ ਕਿੱਧਰ ਕੁਲਦਾ ਰਿਹਾ ਜਿਹੜਾ ਅਸਲੀ ਸਵਾਦ ਸੀ ਜ਼ਿੰਦਗੀ ਦਾ ਉਹ ਇੱਕ ਜਿਹੜੋ ਲਾਈਨ ਲਗਾਈ ਸੀ ਮੈਨੂੰ ਅੱਜ ਵੀ ਯਾਦ ਹੈ ਸਾਰੇ ਸੰਸਾਰ ਤੋਂ ਅਲੱਗ ਇੱਕ ਖੁਸ਼ੀ ਫੀਲ ਹੋਈ ਹੈ ਨਾ ਵੀ ਮੈਨੂੰ ਇਹ ਫੀਲ ਹੋਇਆ ਵੀ ਮੈਂ ਕਿੱਥੇ ਸੀ ਇੰਨਾ ਟਾਈਮ ਮੈਂ ਆ ਜਿੰਮਾਂ 'ਚ ਰੁੱਲ ਰਿਹਾ ਸੀ ਪਲਵਾਨੀ ਕਰ ਰਿਹਾ ਸੀ ਪਰ ਜਿਹੜਾ ਸਵਾਦ ਮੈਨੂੰ ਨਸ਼ੇ 'ਚ ਆਇਆ ਉਹ ਮੈਂ ਤੁਹਾਨੂੰ ਪਹਿਲਾ ਦਿਨ ਦੋਸਤੋ ਦੱਸ ਰਿਹਾ ਹਾਂ ਵੀ ਜਿਹੜਾ ਉਹ ਸੁਆਦ ਸੀਗਾ ਉਹ ਸੁਆਦ ਮੈਨੂੰ ਪਤਾ ਨਹੀਂ ਕਿੱਥੇ ਤੱਕ ਲੈ ਗਿਆ ਉਹ ਮੇਰੀ ਆਤਾਂ ਨੂੰ ਮੈਨੂੰ ਆਪਣੇ ਆਪ ਨੂੰ ਕਿਹੜੇ ਰਸਤੇ ਤੇ ਲੈ ਗਿਆ ਉਸ ਤੋਂ ਬਾਅਦ ਇਹ ਨਸ਼ਾ ਮੇਰੇ ਅੰਦਰ ਇੱਕ ਮੈਨੂੰ ਮਜ਼ਾ ਦੇਣ ਲੱਗ ਗਿਆ ਵੀ ਮੈਂ ਜਦੋਂ ਰੋਜ਼ ਇਹ ਚੀਜ਼ ਦੇ ਵੱਲ ਸਵੇਰੇ ਸਵੇਰ ਤੋਂ ਸ਼ਾਮ ਇਹਦੇ ਪਿੱਛੇ ਹੀ ਬਸ ਪਾਗਲ ਹੋਏ ਰਹਿਣਾ ਸਵੇਰ ਦਾ ਜੁਗਾੜ ਕਰਨਾ ਸ਼ਾਮ ਦਾ ਜੁਗਾੜ ਕਰਨਾ ਵੀ ਲਾ ਲੋ ਹੌਲੀ-ਹੌਲੀ ਪੈਟਰਨ ਮੇਰੇ ਟੋਟਲ ਹੀ ਚੇਂਜ ਹੁੰਦੇ ਗਏ ਪਹਿਲਾਂ ਮੇਰੇ ਕੋਲ ਪੈਸੇ ਹੁੰਦੇ ਸੀਗੇ ਘਰੋਂ ਚੋਰੀ ਕਰ ਲੈਣੀ ਹਨਾ ਇਹ ਚੀਜ਼ਾਂ ਚੱਲਦੀ ਗਈਆਂ ਜਦੋਂ ਤੱਕ ਜਦੋਂ ਪੈਸਾ ਵੀ ਖਤਮ ਹੋ ਗਿਆ ਫਾਈਨੈਂਸ਼ੀਅਲੀ ਵੀਕ ਹੋ ਗਿਆ ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ ਮੈਂ ਜਦੋਂ ਨਿਕਲਿਆ ਪੈਦਲ ਪੈਦਲ ਆਪਣੇ ਰੋੜਾਂ ਤੇ ਉਹ ਰੋੜਾਂ ਵਾਲੀ ਲਾਈਫ ਮੈਨੂੰ ਅੱਜ ਵੀ ਯਾਦ ਹੈ ਵੀ ਮੈਂ ਕਦੇ ਕਿਸੇ ਦੋਸਤ ਨੂੰ ਕਹਿਣਾ ਕਦੇ ਕਿਸੇ ਮਿੱਤਰ ਨੂੰ ਕਹਿਣਾ ਵੀ ਅੱਜ ਮੇਰੀ ਹੈਲਪ ਕਰ ਦੇ ਅੱਜ ਮੇਰੀ ਕਿਉਂਕਿ ਮੈਂ ਯਾਰ ਜਿਹੜੇ ਉਹ ਸ਼ੌਂਕਿਆ ਉਹ ਜਿਹੜੀ ਲਾਈਨ ਲਗਾਈ ਸੀ ਉਹ ਮੈਨੂੰ ਇੰਨਾ ਮਜ਼ਾ ਦੇਣ ਲੱਗ ਗਈ ਸੀ ਵੀ ਮੈਨੂੰ ਫੀਲ ਇੱਕ ਅਲੱਗ ਆਂਦਾ ਸੀ ਵੀ ਇਹ ਨਸ਼ੇ ਤੋਂ ਬਿਨਾਂ ਜ਼ਿੰਦਗੀ 'ਚ ਗੁਜ਼ਾਰਾ ਹੀ ਨਹੀਂ ਹੈਗਾ ਵੀ ਜਿਹੜੀ ਮੇਰੀ ਸ਼ੌਂਕਿਆ ਤੋਂ ਬਾਅਦ ਮੇਰੀ ਆਦਤ ਬਣ ਗਈ ਆਦਤ ਤੋਂ ਬਾਅਦ ਮੈਂ ਜਦੋਂ ਉਹ ਜਾਲ ਦੇ ਵਿੱਚ ਪ੍ਰੋਪਰਲੀ ਫਸ ਗਿਆ ਫਿਰ ਮੈਨੂੰ ਜਿਹੜਾ ਸੁੰਨਾ ਸਮਝਣਾ ਤੇ ਦੇਖਣਾ ਬਿਲਕੁਲ ਮੈਂ ਬੰਦ ਹੋ ਚੁੱਕਿਆ ਸੀ ਉਸ ਚੀਜ਼ ਤੋਂ ਵੀ ਮੈਨੂੰ ਐਂ ਲੱਗਦਾ ਸੀ ਵੀ ਕੋਈ ਦੇਖ ਰਿਹਾ ਹੈ ਕੋਈ ਮੇਰਾ ਮਜ਼ਾਕ ਉਣਾ ਰਿਹਾ ਹੈ ਕੋਈ ਮੇਰੇ ਵੱਲ ਦੇਖ ਕੇ ਹੱਸ ਰਿਹਾ ਹੈ ਜਾਂ ਕੁਝ ਵੀ ਸਵਾਲ ਜਵਾਬ ਤੁਹਾਨੂੰ ਪਤਾ ਹੈ ਨਸ਼ੇੜੀ ਬੰਦੇ ਨਾਲ ਦੁਨੀਆ 100 ਤਰ੍ਹਾਂ ਦੇ ਸਵਾਲ ਜਵਾਬ ਗੱਲਾਂ ਕਰਦੀ ਹੈ ਤੇ ਮੈਂ ਉਸ ਚੀਜ਼ਾਂ ਤੋਂ ਉਹ ਫੀਲਿੰਗ ਤੋਂ ਨਿਕਲ ਚੁੱਕਿਆ ਸੀ ਮੈਨੂੰ ਇਹ ਹੁੰਦਾ ਸੀ ਕੋਈ ਮੇਰੀ ਬਦਨਾਮੀ ਕਰ ਰਿਹਾ ਹੈ ਕੋਈ ਮੇਰਾ ਮਜ਼ਾਕ ਬਣਾ ਰਿਹਾ ਤਾਂ ਬਣਾਣ ਦੋ ਕਿਉਂਕਿ ਮੈਂ ਉਹ ਨਸ਼ੇ ਦੇ ਅੰਦਰ ਇੰਨਾ ਜਕੜਿਆ ਗਿਆ ਸੀ ਵੀ ਮੈਨੂੰ ਸਿਰਫ ਮੈਂ ਤੇ ਉਹ ਮੇਰਾ ਨਸ਼ਾ ਹੋਰ ਕੋਈ ਦੁਨੀਆ ਦੇ ਵਿੱਚ ਮੈਟਰ ਨਹੀਂ ਰੱਖਦਾ ਸੀਗਾ ਈਵਨ ਕਿ ਮੈਂ ਆਪਣੇ ਮਾਪੇ ਦੀ ਫੀਲਿੰਗਸ ਨੂੰ ਜਾਂ ਆਪਣੇ ਰਿਸ਼ਤੇਦਾਰਾਂ ਦੀ ਇਹ ਸਾਰੇ ਟੋਟਲ ਤੁਹਾਨੂੰ ਪਤਾ ਹੈ ਨਸ਼ੇੜੀ ਇਨਸਾਨ ਨੂੰ ਦੁਨੀਆ ਸਾਰੀ ਗਿਵ ਅਪ ਕਰ ਜਾਂਦੀ ਹੈ ਅਗਲੀ ਹਰੇਕ ਯਾਰੀ ਦੋਸਤੀ ਲਾ ਲੋ ਸਮਾਜ ਲਾ ਲੋ ਪਰਿਵਾਰ ਵੀ ਇੱਕ ਟਾਈਮ ਤੇ ਪਾਸਾ ਵੱਟਣ ਲੱਗ ਜਾਂਦਾ ਵੀ ਯਾਰ ਇਹਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੁਣ ਬਾਲਾ ਦੁਖੀ ਕਰਨਾ ਸ਼ੁਰੂ ਕਰਤਾ ਵੀ ਇਹਦੀ ਆਦਤਾਂ ਬਸੋ ਬਾਾਰ ਹੋ ਗਈਆਂ ਮੈਨੂੰ ਅੱਜ ਵੀ ਯਾਦ ਹੈ ਮੇਰੀ ਯੂਜ਼ਿੰਗ ਮੇਰੇ ਤੇ ਇੰਨਾ ਹਾਵੀ ਹੋ ਗਈ ਸੀਗੀ ਵੀ ਮੈਂ ਨਾ ਲੜਾਈ ਹੋਈ ਮੇਰੇ ਮਿੱਤਰ ਦੀ ਤੇ ਉਹ ਮਿੱਤਰ ਦੀ ਲੜਾਈ ਦੇ ਵਿੱਚ ਕੀ ਹੋਇਆ ਉਹ ਜਿਹੜੇ ਆਏ ਸੀ ਮੁੰਡੇ ਉਹਦੇ ਡਾਂਗਾ ਮਾਰ ਗਏ ਉਹਦੇ ਡਾਂਗਾ ਮਾਰ ਗਏ ਨਾਲ ਮੈਂ ਖੜਾ ਸੀ ਉਹਦੇ ਤੇ ਮੈਨੂੰ ਪਤਾ ਨਹੀਂ ਲੱਗਿਆ ਵੀ ਇਹਦੀ ਲੜਾਈ ਹੋਈ ਹੋਈ ਐ ਸਵੇਰੇ ਸ਼ਾਮੀ ਉਹਦੇ ਨਾਲ ਅਸੀਂ ਨਸ਼ੇ ਦਾ ਜੁਗਾੜ ਕਰਨ ਲਈ ਖੜੇ ਤੇ ਉਹਦੇ ਉਹ ਡਾਂਗਾ ਮਾਰ ਗਏ ਤੇ ਮੈਂ ਉਹਦੇ ਨਾਲ ਖੜਾ ਸੀ ਉਹਨਾਂ ਨੇ ਮੇਰੇ ਵੀ ਮਾਰਤੀ ਤੇ ਮੈਨੂੰ ਅੱਜ ਵੀ ਯਾਦ ਹੈ ਉਹ ਜਿਹੜਾ ਟਰਨਿੰਗ ਪੁਆਇੰਟ ਸੀ ਨਾ ਲਾਈਫ ਦਾ ਜਿਸ ਦਿਨ ਮੈਂ ਨਸ਼ਾ ਛੱਡਣ ਦੇ ਬਾਰੇ ਸੋਚਿਆ ਸੀ ਜਦੋਂ ਉਹ ਡਾਂਗਾ ਮਾਰ ਕੇ ਗਏ ਮੇਰੇ ਵੀ ਵੱਜੀ ਤੇ ਮੈਂ ਉਹ ਮੁੰਡੇ ਨੂੰ ਫੜ ਲਿਆ ਜਾ ਕੇ ਉੱਥੇ ਬੇਹੋਸ਼ ਹੋ ਕੇ ਗਿਰ ਗਿਆ ਮੈਂ ਉਹਨੂੰ ਫੜ ਲਿਆ ਮੇਰੇ ਹੱਥ 'ਚ ਕਿਰਪਾਨ ਸੀਗੀ ਤੇ ਮੈਂ ਉਹਦੇ ਬਸ ਆਰ ਪਾਰ ਦੋ ਤਿੰਨ ਵਾਰ ਕਰਨ ਲੱਗਿਆ ਸੀਗਾ ਤੇ ਉੱਥੇ ਹੀ ਬਸ ਭੀੜ ਪੈ ਗਈ ਉਹਨਾਂ ਨੇ ਛਡਾ ਲਿਆ ਵੀ ਪ੍ਰਮਾਤਮਾ ਦੀ ਜਿਹੜੀ ਸਭ ਤੋਂ ਗ੍ਰੈਟੀਟਿਊਡ ਵਾਲੀ ਸ਼ੁਕਰਗੁਜ਼ਾਰੀ ਵਾਲੀ ਜੇ ਪੁੱਛੋ ਤੁਸੀਂ ਫੀਲਿੰਗ ਹੈ ਤਾਂ ਇਹੀ ਹੈ ਵੀ ਉਹ ਕੰਮ ਨਹੀਂ ਹੋਇਆ ਮੇਰੇ ਤੋਂ ਉਸ ਦਿਨ ਵੀ ਬਚਾਅ ਹੋ ਗਿਆ ਉਹ ਭਰਾ ਦਾ ਵੀ ਜਿਹਦੇ ਨਾਲ ਲੜਾਈ ਹੋਈ ਸੀ ਤੇ ਸਾਡਾ ਵੀ ਨਹੀਂ ਤਾਂ ਇਹ ਨਸ਼ੇ ਦੇ ਨਾਲ ਨਾਲ ਜ਼ਿੰਦਗੀ ਦੇ ਵਿੱਚ ਹੋਰ ਚੀਜ਼ਾਂ ਐਡ ਹੋ ਜਾਂਦੀਆਂ ਉਹ ਸਮੇਂ ਤੇ ਹੀ ਮੇਰੇ ਪਰਿਵਾਰ ਨੇ ਜਿਹੜਾ ਇੱਕ ਸਟੈਪ ਚੱਕਿਆ ਮੇਰਾ ਟ੍ਰੀਟਮੈਂਟ ਕਰਵਾਇਆ ਤਾਂ ਉਹ ਮੇਰਾ ਟਰਨਿੰਗ ਪੁਆਇੰਟ ਸੀਗਾ ਮੇਰੇ ਪਰਿਵਾਰ ਨੇ ਜਿਹੜਾ ਮੈਨੂੰ ਹੌਸਲਾ ਦਿੱਤਾ ਮੇਰੇ ਪਰਿਵਾਰ ਨੇ ਮੈਨੂੰ ਗਿਵ ਅਪ ਨਹੀਂ ਕੀਤਾ ਇੱਕ ਟਾਈਮ ਤੇ ਗਿਵ ਅਪ ਕਰ ਦਿੰਦੇ ਸੀਗੇ ਪਰ ਕਿਤੇ ਨਾ ਕਿਤੇ ਉਹਨਾਂ ਦਾ ਹੌਸਲਾ ਬਣਿਆ ਰਿਹਾ ਵੀ ਜਿੰਨਾ ਮਰਜ਼ੀ ਗੰਦ ਪਾ ਲੈ ਇਹਨੂੰ ਠੀਕ ਕਰਕੇ ਹੀ ਸਾਹ ਲੈਣਾ ਤੇ ਦੋਸਤੋ ਮੇਰਾ ਜਿਹੜਾ ਟਰਨਿੰਗ ਪੁਆਇੰਟ ਸੀਗਾ ਨਾ ਨਸ਼ਾ ਛੱਡਣ ਦਾ ਉਹ ਮੈਨੂੰ ਅੱਜ ਵੀ ਯਾਦ ਆ ਮੈਂ ਸਵੇਰੇ ਨਾ ਉੱਠਿਆ ਜਦੋਂ ਮੇਰੇ ਨਾ ਸਰੀਰ ਦੇ ਵਿੱਚ ਇੱਕ ਜ਼ਬਰਦਸਤ ਮਤਲਬ ਕਿ ਲਾਲੋ ਤੋੜ ਲੱਗ ਰਹੀ ਸੀਗੀ ਵੀ ਮੈਨੂੰ ਪਾਗਲਾਂ ਵਾਲੀ ਹਰਕਤਾਂ ਵੀ ਮੈਂ ਦਿਲ ਮੇਰਾ ਕਰਦਾ ਸੀ ਮੈਂ ਕੰਧਾਂ 'ਚ ਟੱਕਰਾ ਮਾਰਾਂ ਕਿਉਂਕਿ ਮੈਂ ਸਾਈਕੋ ਬਹੁਤ ਹੋ ਗਿਆ ਸੀਗਾ ਨਸ਼ਾ ਕਰਨ ਦੇ ਨਾਲ ਨਾਲ ਤੇ ਮੈਂ ਸਵੇਰੇ ਸਵੇਰੇ ਮੰਮੀ ਦੀਆਂ ਵਾਲੀਆਂ ਚੱਕੀਆਂ ਵਾਲੀਆਂ ਚੱਕ ਕੇ ਮੈਂ ਵੇਚ ਆਇਆ ਜਾ ਕੇ ਤੇ ਜਦੋਂ ਮੈਂ ਜਾ ਕੇ ਉਹ ਨਸ਼ਾ ਕਰਿਆ ਤੇ ਮਤ ਕੱਲੀ ਵਾਲੀਆਂ ਘਰੇ ਰਹਿ ਗਈਆਂ ਸੀ ਬਾਕੀ ਮੈਂ ਘਰੇ ਕੁਸ਼ਕ ਚੀਜ਼ਾਂ ਸੀਗੀਆਂ ਬਾਕੀ ਸਾਰਾ ਕੁਝ ਮੈਂ ਵੇਚ ਕੇ ਸਾਂ ਲਿਆ ਹਰ ਚੀਜ਼ ਮੈਂ ਕੱਲੀ-ਕੱਲੀ ਚਿੰਕੇ ਵੇਚੀ ਤੇ ਜਦੋਂ ਵਾਲੀਆਂ ਵੇਚ ਕੇ ਮੈਂ ਘਰੇ ਆਇਆ ਤਾਂ ਮੇਰੀ ਮਾਤਾ ਦੇ ਹੰਝੂ ਸੀ ਜਿਹੜੇ ਉਹ ਮੈਂ ਉਹ ਫੀਲਿੰਗ ਦੱਸ ਨਹੀਂ ਸਕਦਾ ਤੁਹਾਨੂੰ ਵੀ ਉਹ ਹੰਝੂਆਂ ਨੇ ਕਿੱਥੇ ਤੱਕ ਮੇਰੀ ਸੋਚ ਲੈ ਗਏ ਉਹ ਉਹ ਮੈਂ ਇੱਕ ਜ਼ਬਰਦਸਤ ਝਟਕਾ ਸੀ ਜਿਹੜਾ ਮੇਰਾ ਵੀ ਮੈਂ ਇੱਕ ਮੇਰਾ ਜਮੀਰ ਜਿਹੜਾ ਮਰ ਚੁੱਕਿਆ ਸੀ ਨਾ ਮਾਂ ਨੂੰ ਰੋਜ਼ ਦੇਖਦਾ ਸੀ ਉਹ ਰੋਂਦੀ ਸੀ ਉਹਨੂੰ ਬਾਰ-ਬਾਰ ਉਹਨੂੰ ਸਮਝਾਉਣਾ ਵੀ ਅੱਜ ਛੱਡ ਦੇਣਾ ਕੱਲ ਛੱਡ ਦੇਣਾ ਉਹਨੂੰ ਬਾਰ-ਬਾਰ ਇੱਕ ਝੂਠ ਨਾਲ ਸੋ ਝੂਠ ਬੋਲਣੇ ਦਾ ਅਸਲ ਮਹੀਨੇ 'ਚ ਮੇਰਾ ਟਰਨਿੰਗ ਪੁਆਇੰਟ ਉਹ ਸੀਗਾ ਵੀ ਮੈਂ ਆਪਣੇ ਆਪ ਨੂੰ ਜਾਣਨ ਦੀ ਕੋਸ਼ਿਸ਼ ਉਸ ਦਿਨ ਕੀਤੀ ਜਦੋਂ ਮੈਂ ਰਾਤ ਨੂੰ 10 ਵਜੇ ਨਸ਼ਾ ਕਰਕੇ 12 ਵਜੇ ਮੈਨੂੰ ਯਾਦ ਹੈ ਮੈਂ ਬੈਠਾ ਕਮਰੇ 'ਚ ਆਪਣੇ ਆਪ ਨੂੰ ਦੇਖੀ ਜਾ ਰਿਹਾ ਸੀ ਸ਼ੀਸ਼ੇ 'ਚ ਦੇਖੀ ਜਾ ਰਿਹਾ ਸੀ ਵੀ ਕਿੱਥੋਂ ਇੱਕ ਕਵਾਂਟਲ ਦਾ ਜਿਹੜਾ ਪਲਵਾਨ ਸੀ ਉਹ ਕਿੱਥੇ 47 ਕਿਲੋ ਦਾ ਰਹਿ ਕੇ ਮੈਂ ਸ਼ੀਸ਼ੇ 'ਚ ਆਪਣੇ ਆਪ ਨੂੰ ਦੇਖੀ ਜਾਵਾਂ ਦੇਖੀ ਜਾਵਾਂ ਵੀ ਤੂੰ ਕਰ ਕੀ ਰਿਹਾ ਹੈ ਤੂੰ ਇੰਨਾ ਬ੍ਰਿਲੀਅੰਟ ਸੀ ਪੜ੍ਹਾਈ ਦੇ ਵਿੱਚ ਗੇਮ ਦੇ ਵਿੱਚ ਕਿੰਨੇ ਤਰੇ ਕੋਲ ਸਕਿੱਲਸ ਸੀਗੇ ਤੂੰ ਕਿੱਥੇ ਵੱਸ ਗਿਆ ਨਸ਼ੇ ਦੇ ਅੰਦਰ ਤੇ ਮੈਂ ਉਸੋਂ ਮਾਲਕ ਨੂੰ ਯਾਦ ਕਰਾਂ ਵੀ ਮਾਲਕਾ ਕਿਉਂ ਨਹੀਂ ਮੇਰੀ ਹੈਲਪ ਕਰ ਰਿਹਾ ਮੈਂ ਕਿੱਥੇ ਫਸ ਗਿਆ ਮੇਰੀ ਹੈਲਪ ਕਰ ਪਰ ਉਹ ਮੇਰਾ ਟਰਨਿੰਗ ਪੁਆਇੰਟ ਸੀਗਾ ਜੀ ਮੇਰੇ ਘਰਦਿਆਂ ਨੇ ਜਦੋਂ ਮੈਨੂੰ ਇੱਕ ਰਿਹੈਬ ਸੈਂਟਰ 'ਚ ਭੇਜਿਆ ਪਹਿਲਾਂ ਮੇਰੇ ਘਰਦਿਆਂ ਨੇ ਮੇਰਾ ਟ੍ਰੀਟਮੈਂਟ ਬੜੇ ਕਰਾ ਲਏ ਸੀਗੇ ਦਵਾਈਆਂ ਦਵਾਤੀਆਂ ਡੀਟੌਕਸੀਫਿਕੇਸ਼ਨ ਬੜੇ ਕਰਾਏ ਪਰ ਮੈਂ ਸਿਰਫ ਦਵਾਈ ਉਹਨਾਂ ਨੂੰ ਦਿਖਾਣ ਲਈ ਖਾਂਦਾ ਸੀਗਾ ਵੀ ਮੈਂ ਠੀਕ ਆ ਸ਼ਾਮ ਨੂੰ ਪਰ ਨਸ਼ਾ ਮੈਂ ਰੋਜ਼ ਜ਼ਰੂਰ ਕਰਦਾ ਸੀਗਾ ਪਰ ਜਿਸ ਦਿਨ ਮੈਂ ਧਾਰ ਲਿਆ ਨਾ ਵੀ ਮੈਂ ਹੁਣ ਨਸ਼ਾ ਛੱਡਣਾ ਹੈ ਤੇ ਮੈਂ ਉਹ ਰਿਹੈਬ ਦੇ ਵਿੱਚ ਗਿਆ ਉਹ ਰਿਹੈਬ ਵਾਲਿਆਂ ਨੇ ਮੈਨੂੰ ਬੜੇ ਹੀ ਅੱਛੇ ਤਰੀਕੇ ਨਾਲ ਕੱਲਾ ਐਡਿਕਸ਼ਨ ਬਾਰੇ ਨਹੀਂ ਦੱਸਿਆ ਮੈਨੂੰ ਆਪਣੇ ਆਪ ਬਾਰੇ ਜਾਣੂ ਕਰਾਇਆ ਵੀ ਬੇਸਿਕਲੀ ਤੂੰ ਹੈ ਕੌਣ ਹੈ ਤੇ ਕਰ ਕੀ ਰਿਹਾ ਹੈ ਜਦੋਂ ਮੈਨੂੰ ਆਪਣੀ ਪਛਾਣ ਹੋਈ ਤਾਂ ਮੈਂ ਨਸ਼ਾ ਛੱਡ ਕੇ ਉੱਥੋਂ ਆਇਆ ਜਦੋਂ ਤਾਂ ਉਹ ਜਿਹੜੇ ਦੋ ਰਸਤੇ ਸੀ ਨਾ ਉਹ ਜਿਹੜਾ ਮੈਂ ਰਸਤਾ ਚੁਣਿਆ ਉਹ ਰਸਤੇ ਦੇ ਉੱਪਰ ਚੱਲਣ ਲਈ ਵੀ ਬੜੀ ਰੁਕਾਵਟਾਂ ਸੀਗੀਆਂ ਮੇਰੇ ਵਰਗੇ ਇਨਸਾਨ ਦੇ ਛਵੀ ਸੀਗੀ ਮੈਨੂੰ ਕੋਈ ਕੰਮ ਨਹੀਂ ਦਿੰਦਾ ਸੀਗਾ ਅਗਲਾ ਕਹਿੰਦਾ ਸੀਗਾ ਵੀ ਇਹ ਜਾਂ ਤਾਂ ਲੜ ਝਗੜ ਸਕਦਾ ਹੈ ਜਾਂ ਚੋਰੀ ਕਰ ਸਕਦਾ ਹੈ ਵੀ ਇਹ ਬੰਦੇ ਨੂੰ ਕੰਮ ਤੇ ਕਿਵੇਂ ਰੱਖਿਆ ਜਾਵੇ ਚਲੋ ਜਿੱਥੇ ਮੈਂ ਕੰਮ ਕਰਦਾ ਸੀ ਉਹਨਾਂ ਨੇ ਮੈਨੂੰ ਕੰਮ ਤੇ ਰੱਖਿਆ ਬੜੀ ਸ਼ੁਕਰਗੁਜ਼ਾਰੀ ਹੈ ਉਹਨਾਂ ਦੀ ਜਿੱਥੋਂ ਮੈਂ ਮੇਰਾ ਅਸਲੀ ਪਲੇਟਫਾਰਮ ਤਿਆਰ ਹੋਇਆ ਲਾਈਫ 'ਚ ਅੱਗੇ ਵਧਣ ਦਾ ਅੱਜ 6 ਸਾਲ ਹੋ ਗਏ ਜੀ ਨਸ਼ਾ ਛੱਡੇ ਨੂੰ ਬੜੀ ਬਿਊਟੀਫੁਲ ਲਾਈਫ ਹੈ ਤੇ ਉਹ ਜਿਹੜਾ ਲਾਈਫ ਦਾ ਟਰਨਿੰਗ ਪੁਆਇੰਟ ਸੀ ਨਾ ਕੰਮ ਛੱਡਣ ਤੋਂ ਬਾਅਦ ਮੈਂ ਆਪਣੇ ਆਪਣੇ ਆਪ ਨੂੰ ਦੇਖਿਆ ਫਿਰ ਮੈਂ ਆਪਣੀ ਪੜ੍ਹਾਈ ਸ਼ੁਰੂ ਕੀਤੀ ਆਪਣੀ ਸਪੋਰਟਸ ਲਾਈਫ ਸ਼ੁਰੂ ਕੀਤੀ ਸਪੋਰਟਸ ਲਾਈਫ ਤੋਂ ਬਾਅਦ ਜਿਹੜੀ ਮੈਂ ਇਹ ਰਿਸਰਚ ਕੀਤੀ ਐਡਿਕਸ਼ਨ ਦੇ ਉੱਪਰ ਵੀ ਨਸ਼ਾ ਛੱਡਿਆ ਕਿਵੇਂ ਜਾ ਸਕਦਾ ਹੈ ਇਹ ਨਸ਼ੇ ਦੇ ਜਿਹੜੇ ਸਾਈਡ ਇਫੈਕਟ ਸੀਗੇ ਜਿਹੜੇ ਲਾਈਫ ਦੇ ਰੌਕ ਬਾਟਮ ਸੀਗੇ ਗਿਰਾਵਟਾਂ ਸੀਗੀਆਂ ਵੀ ਇੱਕ ਵੀ ਮੇਰਾ ਲਾਈਫ ਦੇ ਵਿੱਚ ਇਹੋ ਜਿਹਾ ਕੋਈ ਮੋੜ ਨਹੀਂ ਹੈਗਾ ਨਸ਼ੇ ਟਾਈਮ ਜਿਹੜਾ ਮੈਂ ਆਪਣੇ ਤਨ ਤੇ ਪੀੜਾ ਤੇ ਹੰਡਾਇਆ ਨਾ ਹੋਵੇ ਤੇ ਟੋਟਲ ਜਮੀਰ ਲਾ ਲੋ ਆਤਮਾ ਲਾ ਲੋ ਸਾਰਾ ਕੁਝ ਦੋਸਤੋ ਮਰ ਜਾਂਦਾ ਹੈ ਨਸ਼ੇ ਦੇ ਵਿੱਚ ਤੇ ਨਸ਼ਾ ਛੱਡਣ ਦੇ ਵਿੱਚ ਸਭ ਤੋਂ ਵੱਡਾ ਜਿਹਾ ਯੋਗਦਾਨ ਕਹਿ ਲੋ ਤਾਂ ਮੇਰੇ ਮਦਰ ਫਾਦਰ ਦਾ ਹੈ ਤਾਂ ਉਹਨਾਂ ਨੇ ਮੈਨੂੰ ਕਾਫੀ ਕੰਪੈਲ ਕੀਤਾ ਵੀ ਤੂੰ ਇਹ ਛੱਡ ਦੇ ਰੋਣਾ ਟੋਟਲੀ ਮੈਂ ਸਮਾਜ ਦੇ ਵਿੱਚ ਲਾ ਲੋ ਵੀ ਆਪਣੇ ਪਰਿਵਾਰ ਦੇ ਵਿੱਚ ਉਹਨਾਂ ਨੂੰ ਸਾਰਿਆਂ ਨੂੰ ਮੈਂ ਸਾਈਡ ਕਰਤਾ ਸੀ ਵੀ ਇੱਕ ਮੇਰੀ ਜਿਹੜੀ ਸਮਾਜ ਦੇ ਵਿੱਚ ਛਵੀ ਸੀ ਉਹ ਹਰੇਕ ਬੰਦਾ ਇਹੀ ਦੇਖਦਾ ਸੀ ਵੀ ਇਹ ਨਸ਼ੇੜੀ ਹੈ ਇਹ ਪਾਗਲ ਹੈ ਇਹ ਕਦੇ ਵੀ ਮਾਰ ਸਕਦਾ ਹੈ ਇਹ ਕਦੇ ਵੀ ਕੁਝ ਵੀ ਕਰ ਸਕਦਾ ਹੈ ਕਿਉਂਕਿ ਮੇਰੀ ਇੱਕ ਛਵੀ ਸੀਗੀ ਅੱਜ ਵੀ ਮੈਨੂੰ ਲੋਕ ਉਸ ਚੀਜ਼ਾਂ ਨੂੰ ਦੇਖ ਕੇ ਮੈਨੂੰ ਬੜਾ ਐਪਰੀਸ਼ੀਏਟ ਕਰਦੇ ਨੇ 올 ਇੰਡੀਆ ਦੇ ਵਿੱਚ ਵੀ ਮੇਰਾ ਨਸ਼ਾ ਛੱਡਣ ਦੇ ਨਾਲ-ਨਾਲ ਮੇਰਾ ਅਮਰੀਕਾ ਕੈਨੇਡਾ ਇੰਡੀਆ ਦੇ ਵਿੱਚ ਕੋਈ ਕੋਨਾ ਨਹੀਂ ਹੈਗਾ ਜਿੱਥੇ ਮੈਨੂੰ ਜਾਣਦੇ ਨਹੀਂ ਹੈਗੇ ਸਿਰਫ ਇੱਕ ਐਡਿਕਸ਼ਨ ਦੇ ਬਾਹਰ ਆਣ ਦੇ ਬਾਵਜੂਦ ਉਹ ਮੈਂ ਛੱਡਿਆ ਕਿਵੇਂ ਨਾ ਤਾਂ ਦੇਖੋ ਦੋਸਤੋ ਮੈਂ ਆਪਣੇ ਪਰਿਵਾਰ ਦੀ ਮੰਨ ਕੇ ਚੱਲਿਆ ਨਾ ਮੈਂ ਕਿਸੇ ਦੇ ਵਿੱਚ ਸਮਾਜ ਦੀ ਮੰਨ ਕੇ ਚੱਲਿਆ ਮੇਰਾ ਸਿਰਫ ਇੱਕ ਮੇਰੇ ਪਰਿਵਾਰ ਨੇ ਟ੍ਰੀਟਮੈਂਟ ਕਰਾਇਆ ਸੀਗਾ ਕਾਉਂਸਲਿੰਗ ਸੈਂਟਰ ਦੇ ਵਿੱਚ ਤੇ ਮੈਂ ਉੱਥੇ ਟ੍ਰੀਟਮੈਂਟ ਲੈਣ ਤੋਂ ਬਾਅਦ ਮੇਰੇ ਕੋਲ ਜ਼ਿੰਦਗੀ ਦੇ ਦੋ ਰਸਤੇ ਸੀਗੇ ਇੱਕ ਨਸ਼ੇ ਵੱਲ ਜਾਂਦਾ ਸੀਗਾ ਇੱਕ ਰਸਤਾ ਜਾਂਦਾ ਸੀਗਾ ਜਿਹੜਾ ਉਹ ਸੁਧਾਰ ਵੱਲ ਜਾਂਦਾ ਸੀਗਾ ਤੇ ਜਦੋਂ ਮੈਂ ਸੁਧਾਰ ਦੇ ਵਿੱਚ ਆਇਆ ਤਾਂ ਮੇਰੇ ਪ੍ਰੋਪਰ ਜਿਹੜੇ ਦਿਮਾਗ ਦੇ ਕਨਸੈਪਟ ਸੀਗੇ ਦੁਨੀਆ ਦੇ ਕਨਸੈਪਟ ਸੀਗੇ ਉਹ ਸਾਰੇ ਮੈਂ ਕਲੀਅਰ ਕਰਤੇ ਸੀਗੇ ਨਸ਼ੇ ਦੇ ਟਾਈਮ ਮੇਰੀ ਪੜ੍ਹਾਈ ਛੁੱਟੀ ਮੇਰੀ ਜਿਹੜੀ ਸਪੋਰਟਸ ਲਾਈਫ ਸੀਗੀ ਉਹ ਛੁੱਟੀ ਉਹ ਦੁਬਾਰਾ ਮੈਂ ਮੈਂਟੇਨ ਵੀ ਕਰੀ ਨਸ਼ਾ ਛੱਡਣ ਤੋਂ ਬਾਅਦ ਤੇ ਫਿਰ ਸਿਰਫ ਮੇਰਾ ਆਪਣੇ ਤੇ ਹੀ ਫੋਕਸ ਹੋ ਗਿਆ ਵੀ ਮੈਂ ਨਸ਼ਾ ਛੱਡ ਕੇ ਰੱਖਣਾ ਹੈ ਲੌਂਗ ਟਾਈਮ ਮੈਂ ਨਸ਼ਾ ਨਹੀਂ ਕਰਨਾ ਕੋਈ ਵੀ ਨਸ਼ਾ ਨਹੀਂ ਕਰਨਾ ਹਰ ਇੱਕ ਚੀਜ਼ ਤੋਂ ਦੂਰੀ ਬਣਾ ਕੇ ਰੱਖੀ ਫਿਰ ਮੇਰੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡੀ ਚੀਜ਼ ਸੀ ਜਿਹੜੀ ਵੀ ਮੈਂ ਠੀਕ ਹੋ ਗਿਆ ਮੈਂ ਆਪਣੀ ਸੋਸ਼ਲ ਸਰਵਿਸ ਨਹੀਂ ਕਰ ਪਾ ਰਿਹਾ ਵੀ ਮੇਰੇ ਅੰਦਰ ਇੱਕ ਜਿਹੜਾ ਉਹ ਸੀ ਨਾ ਵੀ ਮੈਂ ਹੋਰਾਂ ਦੇ ਜਿਹੜੇ ਪੇਰੈਂਟਸ ਨੇ ਉਹਨਾਂ ਦੇ ਬੱਚਿਆਂ ਦਾ ਦਰਦ ਉਹਨਾਂ ਦਾ ਦਰਦ ਫਿਰ ਮੈਂ ਇੱਕ ਆਪਣਾ ਰਿਹੈਬ ਸੈਂਟਰ ਖੋਲਿਆ ਤੇ ਉੱਥੇ ਉਹ ਰਿਹੈਬ ਸੈਂਟਰ ਦੇ ਵਿੱਚ ਮੈਂ ਅੱਜ ਕੱਲ ਦੇ ਮਾਪਿਆਂ ਦੀ ਜਿਹੜੀ ਫੀਲਿੰਗਸ ਹੈ ਵੀ ਅਸੀਂ ਆਪਣੇ ਬੱਚੇ ਨੂੰ ਡਾਕਟਰ ਕੋਲ ਲੈ ਜੰਨੇ ਆ ਉੱਥੇ ਜੀਭ ਥੱਲੇ ਰੱਖਣ ਵਾਲੀ ਗੋਲੀ ਨਾਲ ਸਾਡਾ ਬੱਚਾ ਠੀਕ ਰਹਿੰਦਾ ਮੈਂ ਤੁਹਾਡਾ ਪਹਿਲਾਂ ਬਹਿਮ ਦੂਰ ਕਰਦਾ ਜਿਹੜੇ ਅੱਜ ਅੱਜ ਕੱਲ ਦੇ ਪਰਿਵਾਰ ਨੇ ਵੀ ਆਪਣੇ ਬੱਚਿਆਂ ਨੂੰ ਤੁਸੀਂ ਡਾਕਟਰਾਂ ਦੀ ਲਾ ਲਓ ਕਿਸੇ ਦੀ ਓਟ ਦੇ ਵਿੱਚ ਤੁਸੀਂ ਆਪਣੇ ਬੱਚੇ ਨੂੰ ਇੱਕ ਨਸ਼ਾ ਹੀ ਦੇ ਰਹੇ ਹੋ ਤੁਸੀਂ ਆਪਣੇ ਬੱਚਿਆਂ ਨੂੰ ਸਿਰਫ ਇੱਕ ਨਸ਼ਾ ਦੇ ਰਹੇ ਹੋ ਉਹ ਦਵਾਈ ਦੇ ਤੌਰ ਤੇ ਤੁਸੀਂ ਨਸ਼ੇ ਦਾ ਪੈਟਰਨ ਚੇਂਜ ਕਰ ਲਿਆ ਵੀ ਤੁਸੀਂ ਆਪਣੇ ਬੱਚੇ ਨੂੰ ਜੇ ਠੀਕ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਦਾ ਬੈਟਰ ਤੋਂ ਬੈਟਰ ਇਲਾਜ ਕਰਵਾਓ ਮੈਂ ਤੁਹਾਨੂੰ ਦੱਸ ਰਿਹਾ ਜੀ ਅਸੀਂ ਅੱਜ ਵੀ ਐਗਜ਼ੀਬਿਸ਼ਨ ਕਨਵੈਨਸ਼ਨਸ ਸੈਲੀਬ੍ਰੇਸ਼ਨਸ ਇਹ اٹੈਂਡ ਕਰਦੇ ਆ ਇਸ ਐਡਿਕਸ਼ਨ ਦੇ ਉੱਪਰ ਤਾਂ ਉੱਥੇ ਇਹ ਰਿਸਰਚ ਦੇ ਵਿੱਚ ਸਭ ਤੋਂ ਵੱਡੀ ਚੀਜ਼ ਆਈ ਹੈ ਵੀ ਨਾ ਡਾਕਟਰ ਠੀਕ ਕਰ ਸਕਦਾ ਪੇਸ਼ੈਂਟ ਨੂੰ ਐਡਿਕਸ਼ਨ ਵਾਲੇ ਨੂੰ ਤੇ ਨਾ ਉਹਨੂੰ ਕੋਈ ਸਮਝਾ ਸਕਦਾ ਪੇਸ਼ੈਂਟ ਨੂੰ ਸਿਰਫ ਉਹਦੀ ਵਿਲਿੰਗ ਮਰੀ ਹੁੰਦੀ ਹੈ ਉਹਨੂੰ ਜਗਾਉਣਾ ਕਿਵੇਂ ਹੈ ਸਾਡਾ ਮੇਨ ਮੋਟਿਵ ਇਹ ਹੈ ਵੀ ਪੇਸ਼ੈਂਟ ਦੀ ਜਿਹੜਾ ਨਸ਼ੇ ਦੀ ਬਿਮਾਰੀ ਦੇ ਵਿੱਚ ਫਸਿਆ ਹੈ ਉਹ ਜਿਹੜੀ ਉਹਦੀ ਆਤਮਾ ਮਰੀ ਹੋਈ ਹੈ ਉਹਦੇ ਅੰਦਰ ਵਿਲਿੰਗ ਕਿਵੇਂ ਜਗਾਣੀ ਹੈ ਇੱਛਾ ਦੇਖੋ ਕਿਸੇ ਦੀ ਨਹੀਂ ਹੁੰਦੀ ਨਸ਼ਾ ਛੱਡਣ ਦੀ ਇੱਛਾ ਅੰਦਰ ਪੈਦਾ ਕਰਨੀ ਪੈਂਦੀ ਹੈ ਉਹਦੇ ਅੰਦਰ ਇੱਛਾ ਬਣਾਣੀ ਪੈਂਦੀ ਹੈ ਵੀ ਤੂੰ ਵੀ ਨਸ਼ਾ ਛੱਡ ਸਕਦਾ ਹੈ ਮੇਰੇ ਵੀਰ ਉਹਨੂੰ ਪਿਆਰ ਨਾਲ ਉਹਨੂੰ ਕੇਅਰ ਨਾਲ ਉਹਨੂੰ ਕੰਸਰਨ ਨਾਲ ਹਰ ਚੀਜ਼ ਨਾਲ ਉਹਨੂੰ ਗਲੇ ਨਾਲ ਲਗਾ ਕੇ ਫਿਰ ਉਹਨੂੰ ਅਸੀਂ ਰਿਕਵਰ ਕਰਦੇ ਹਾਂ ਮੈਂ ਪਰਿਵਾਰਾਂ ਨੂੰ ਇਹ ਸੁਝਾਅ ਦਵਾਂਗਾ ਵੀ ਜਿਹੜੇ ਸਭ ਤੋਂ ਪਹਿਲੇ ਨੰਬਰ ਤੇ ਆਪਣਾ ਕਹਿ ਦਿੰਦੇ ਆ ਵੀ ਅਸੀਂ ਇਹਨਾਂ ਨੂੰ ਓਟ ਸੈਂਟਰਾਂ ਚ ਲੈ ਕੇ ਜਾਣਾ ਹੈ ਦਵਾਈ ਦਿਵਾਣੀ ਹੈ ਜਾਂ ਅਸੀਂ ਇਹਦਾ ਵਿਆਹ ਕਰ ਦਈਏ ਆਪਣਾ ਮੋਸਟਲੀ ਪੰਜਾਬ ਦੇ ਵਿੱਚ ਮੈਂ ਸਭ ਤੋਂ بڑا ਪੈਟਰਨ ਫੈਮਲੀ ਦਾ ਇਹ ਦੇਖ ਰਿਹਾ ਹਾਂ ਵੀ ਆਪਣੇ ਬੱਚਿਆਂ ਨੂੰ ਵਿਆਹ ਕਰ ਦਈਏ ਵੀ ਵਿਆਹ ਕੇ ਇਹਦੇ ਲੜ ਕੁੜੀ ਲਾ ਦਈਏ ਇਹ ਠੀਕ ਹੋ ਜਾਊਗਾ ਕੁੜੀ ਤਾਂ ਦੇਖੋ ਕਿਸੇ ਦਾ ਨਸ਼ਾ ਨਹੀਂ ਛੜਾ ਸਕਦੀ ਨਾ ਸਭ ਤੋਂ ਵੱਡੀ ਚੀਜ਼ ਹੈ ਕੁੜੀਆਂ ਨੂੰ ਅਸੀਂ ਇਹ ਸੋਚਦੇ ਹਾਂ ਵੀ ਇਹ ਕੁੜੀਆਂ ਮੁੰਡੇ ਨਾਲ ਵਿਆਹ ਤੀਆਂ ਤੇ ਇਹ ਬੰਨਿਆ ਗਿਆ ਉਹ ਆਪਾਂ ਕੁੜੀ ਦੀ ਵੀ ਜ਼ਿੰਦਗੀ ਖਰਾਬ ਕਰਦੇ ਆ ਤਾਂ ਮੇਰੀ ਪਰਿਵਾਰਾਂ ਨੂੰ ਇੱਕ ਬੜੀ ਸੋਲਿਡ ਸੁਜੈਸ਼ਨ ਹੈ ਵੀ ਤੁਸੀਂ ਆਪਣੇ ਬੱਚੇ ਦਾ ਅੱਛੇ ਤਰੀਕੇ ਨਾਲ ਟ੍ਰੀਟਮੈਂਟ ਕਰਾਓ ਜਿਹੜੀ ਉਹਨਾਂ ਦੇ ਅੰਦਰ ਹੋਪ ਮਰੀ ਹੁੰਦੀ ਹੈ ਆਸ ਮਰੀ ਹੁੰਦੀ ਹੈ ਵੀ ਅਸੀਂ ਨਹੀਂ ਠੀਕ ਹੋ ਸਕਦੇ ਮੈਂ ਤੁਹਾਨੂੰ ਦੱਸਦਾ ਸਾਡੇ ਕੋਲ ਜਿਹੜੇ ਬੱਚਿਆਂ ਦੇ 10 ਟ੍ਰੀਟਮੈਂਟ ਹੋ ਚੁੱਕੇ ਸੀ 15 ਹੋ ਚੁੱਕੇ ਸੀਗੇ ਸਾਡੇ ਕੋਲ ਉਹ ਬੱਚੇ ਵੀ ਰਿਕਵਰ ਹੋ ਗਏ ਵੀ ਸਾਡੇ ਅੰਦਰ ਜਿਹੜਾ ਜਨੂਨ ਪੈਦਾ ਹੋਇਆ ਹੈ ਜੋਸ਼ ਪੈਦਾ ਹੋਇਆ ਹੈ ਉਹ ਪੰਜਾਬ ਦੇ ਵਿੱਚ ਜਿਹੜੇ ਕਹਿੰਦੇ ਨੇ ਵੀ ਪੰਜਾਬ ਉੜਦਾ ਪੰਜਾਬ ਹੈ ਅਸੀਂ ਨਹੀਂ ਕਹਿੰਦੇ ਕਿਉਂਕਿ ਸਾਨੂੰ ਪਤਾ ਹੈ ਸਾਡੇ ਪੰਜਾਬ ਦੇ ਵਿੱਚ ਜੇ ਬੱਚੇ ਨਸ਼ੇ ਕਰ ਰਹੇ ਨੇ ਤੇ ਬੱਚੇ ਛੱਡ ਵੀ ਰਹੇ ਨੇ ਆ ਸਾਡੀ ਲਾਈਨ ਸਾਡਾ ਜਿਹੜਾ ਕੰਮ ਹੈ ਉਹ ਸਾਡਾ ਜਨੂਨ ਨਾਲ ਇਹੀ ਹੈ ਵੀ ਜੇ ਨਸ਼ਾ ਕਰ ਰਹੀ ਹੈ ਦੁਨੀਆ ਤਾਂ ਨਸ਼ਾ ਛੱਡ ਵੀ ਰਹੀ ਹੈ ਛੱਡਣ ਵਾਲਿਆਂ ਨੂੰ ਜਿਨ੍ਹਾਂ ਨੇ ਛੱਡਿਆ ਹੈ ਸਾਡੇ ਵਰਗਿਆਂ ਨੂੰ ਉਹਨਾਂ ਨੂੰ ਦਿਖਦਾ ਹੈ ਵੀ ਛੱਡਣ ਵਾਲੀ ਤਦਾਰ ਕਿੰਨੀ ਹੈ ਜਿਹੜੇ ਨਸ਼ਾ ਕਰ ਰਹੇ ਨੇ ਉਹਨਾਂ ਨੂੰ ਦਿਖਦਾ ਵੀ ਨਸ਼ਾ ਕਰਨ ਵਾਲੇ ਕਿਹੜੇ ਨੇ ਇਹ ਤਾਂ ਮੈਂਟੈਲਿਟੀ ਹੈ ਇਨਸਾਨ ਦੀ ਜਿੱਧਰ ਝੁਕਾ ਹੋਏਗਾ ਜਿੱਧਰ ਦੇਖੇਗਾ ਉਦਾਂ ਦੀ ਉਹਦੀ ਸੋਚ ਹੋਣੀ ਹੈ ਤੇ ਸਾਨੂੰ ਪਤਾ ਹੈ ਵੀ ਨਸ਼ਾ ਛੱਡਣ ਦੇ ਵਿੱਚ ਕੋਈ ਔਖ ਨਹੀਂ ਹੈਗੀ ਦੋ ਤਿੰਨ ਚੀਜ਼ਾਂ ਨੇ ਮੇਰੀ ਪਰਿਵਾਰਾਂ ਨੂੰ ਇਹ ਸਜੈਸ਼ਨ ਹੈ ਵੀ ਜੇ ਤੁਸੀਂ ਬੱਚੇ ਦਾ ਵਾਕਈ ਚ ਨਸ਼ਾ ਛਡਵਾਉਣਾ ਚਾਹੁੰਦੇ ਹੋ ਉਹਨਾਂ ਨੂੰ ਫਿਜ਼ੀਕਲੀ ਮਾਨਸਿਕ ਤੌਰ ਤੇ ਉਹਨਾਂ ਨੂੰ ਆਪਣਾ ਰਿਕਵਰ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਸਾਡੇ ਨਾਲ ਸੰਪਰਕ ਕਰੋ ਜੇ ਤੁਹਾਡੇ ਕੋਲ ਕੁਝ ਸਰਦਾ ਠੀਕ ਹੈ ਨਹੀਂ ਵੀ ਸਰਦਾ ਤਾਂ ਅਸੀਂ ਤੁਹਾਡਾ ਹਰੇਕ ਚੀਜ਼ ਦੇ ਵਿੱਚ ਹੈਲਪ ਕਰਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਹਰੇਕ ਤਫਜੋ ਅਸੀਂ ਖੜੇ ਹਾਂ ਤੁਹਾਡੇ ਨਾਲ ਫ੍ਰੀ ਆਫ ਕੋਸਟ ਸੇਵਾ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਜੀ ਬਾਕੀ ਮੈਂ ਜੋ ਸਟੋਕ ਵਾਲਿਆਂ ਦਾ ਤਹਿ ਦਿਲੋਂ ਸਤਿਕਾਰ ਕਰਦਾ ਤਾਂ ਅੱਜ ਮੈਨੂੰ ਅੱਛਾ ਲੱਗਿਆ ਵੀ ਠੀਕ ਹੈ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਨਾ ਚਾਹੀਦਾ ਹੈ ਕਿ ਜੇ ਮੇਰੇ ਵਰਗਾ ਜਿਨੇ ਸਾਰੇ ਰਸਤੇ ਦੇਖੇ ਨੇ ਆਪਣੀ ਲਾਈਫ ਪੂਰੀ ਸਟੱਕ ਦੇਖੀ ਹੈ ਇਹ ਐਡਿਕਸ਼ਨ ਦੇ ਟਰੈਪ ਦੇਖਿਆ ਇਹ ਮਾੜੀ ਜਿਹੜੀ ਸੰਗਤ ਲਾ ਲੋ ਮਾੜੀ ਦੁਨੀਆ ਲਾ ਲੋ ਇਹ ਚੀਜ਼ਾਂ ਦੇਖਿਆ ਨੇ ਤਾਂ ਮੈਨੂੰ ਅੱਜ ਬੜਾ ਹੀ ਅੱਛਾ ਫੀਲ ਹੋ ਰਿਹਾ ਵੀ ਕਿਸੇ ਮੈਨੂੰ ਬੇਸਤੇ ਆ ਕੇ ਇਹਨਾਂ ਨੇ ਮੈਨੂੰ ਰਿਪਰੈਜ਼ੈਂਟ ਕੀਤਾ ਤੇ ਮੈਂ ਜੋਸਟੋ ਕਾਲਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ